ਅੱਜ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਿਹਾ ਕੰਮ ਜਾ ਰਿਹਾ ਇੱਥੇ ਕਿਤੇ ਨਾਕਾ ਬੰਦ ਕੀਤੀ। ਅੱਜ ਮਾਨਯੋਗ SSP ਸਾਹਿਬ ਬਠਿੰਡਾ ਸ੍ਰੀ ਗੁਰਲੀਨ ਸਿੰਘ ਪੁਰਾਣਾ IPS ਜੀ ਦੇ ਦਿਸ਼ਾ ਨਿਰਦੇਸ਼ ਅਤੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਸਬ ਡਿਵੀਜ਼ਨ ਤਲਵੰਡੀ ਸਾਹਿਬ ਦੇ ਸਾਰੇ ਏਰੀਏ 'ਚ ਥਾਣਾ ਰਾਮਾ ਚੌਂਕੀ ਰਫਾਇਨਰੀ ਚੌਂਕੀ ਸਿੰਘੋ ਅਤੇ ਤਲਵੰਡੀ ਸਾਬੋ ਸਾਹਿਬ ਦੇ ਵੱਖ ਵੱਖ ਪੁਆਇੰਟਾਂ 'ਤੇ ਵੱਖ ਵੱਖ ਚੌਂਕਾਂ 'ਚ ਭਾਰੀ ਫੋਰਸ ਨਾਲ ਜਿਹੜੇ ਹੈ ਨਾਕਾਬੰਦੀ ਕੀਤੀ ਹੋਈ ਹੈ ਅਤੇ ਹਰ ਜਿਹੜਾ ਹੈ ਸ਼ੱਕੀ ਵਿਅਕਤੀ ਨੂੰ ਚੱਕੀ ਵਹੀਕਲ ਨੂੰ ਬੜੀ ਜਿਹੜਾ ਹੈ ਚੌਕਸੀ ਨਾਲ ਚੈੱਕ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਕਾਮੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਔਰ ਜਿਹੜੇ ਸਾਰੇ ਜਿਹੜੇ ਹੈ ਇਲਾਕਾ ਵਾਸੀ ਔਰ ਸ਼ਹਿਰ ਵਾਸੀ ਆਪਣੀ ਜ਼ਿੰਦਗੀ ਅਮਨ ਅਮਾਨ ਨਾਲ ਅਸੀਂ ਪ੍ਰਾਪਤ ਕਰਨ ਇਸੇ ਲਈ ਜਿਹੜੀ ਹੈ ਅਸੀਂ ਖੁਦ ਇੱਥੇ ਨਾਕਾ ਉੱਪਰ ਖੜ੍ਹ ਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਹਾਂ ਅਤੇ ਸਿੰਘੋ ਵੀ ਇਸ ਤਰ੍ਹਾਂ ਇੱਥੇ ਨਾਕਾਬੰਦੀ ਕੀਤੀ ਹੋਈ ਹੈ ਹਰਿਆਣਾ ਸਟੇਟ ਦੀ ਜਿਹੜੀ ਹੱਦ ਹੈ ਪੰਜਾਬ ਹਰਿਆਣਾ ਦੀ ਅਸੀਂ ਉੱਥੇ ਵੀ ਜਿਹੜਾ ਵੱਖ ਵੱਖ ਪੁਆਇੰਟਾਂ ਦੇ ਨਾਕੇ ਲਾਏ ਹੋਏ ਹਨ। ਹਾਂ ਕੁਛ ਬਟਾਲੇ ਜਿਹੜਾ ਇੰਸੀਡੈਂਟ ਹੋਇਆ ਉਹਦੇ ਮੱਦੇਨਜ਼ਰ ਵੀ ਇਹ ਜਿਹੜਾ ਹੈ ਚੌਕਸੀ ਵਧਾਈ ਗਈ ਹੈ ਅਤੇ ਰੂਟੀਨ ਵਿੱਚ ਵੀ ਜਿਹੜੀ ਹੈ ਆਪਣੇ ਇਲਾਕੇ ਵਿੱਚ ਅਮਨ ਅਮਾਨ ਰੱਖਣੀ ਵੀ ਜਿਹੜਾ ਹੈ ਅਸੀਂ ਨਾਕਾਬੰਦੀ ਕੀਤੀ ਹੋਈ ਹੈ।